ਅੱਜ ਦਾ ਸਾਡਾ ਬਾਈਕ ਟ੍ਰਿਪ ਗੁਰੀ ਘਰਾਂਗਣਾ ਜੀ ਦੇ ਆਫਿਸ ਦੇ ਵਿੱਚੋਂ ਫੇਸਬੁੱਕ ਯੂਟਿਊਬ ਅਤੇ ਇੰਸਟਾਗ੍ਰਾਮ ਦੇ ਬਾਰੇ ਕੁਝ ਤਕਨੀਕੀ ਗੱਲਾਂ ਜਾਣਾਂਗੇ ਅਤੇ ਉਸ ਉਪਰੰਤ ਚੱਲਾਂਗੇ ਅਸੀਂ ਅੱਗੇ ਜੱਟ ਮੂਸੇ ਵਾਲੇ ਦੇ ਪਿੰਡ ਨੂੰ ਤੇ ਜੱਟ ਮੂਸੇ ਵਾਲਾ ਉਹ ਸ਼ਖਸੀਅਤ ਜਿਸ ਨੇ ਪੱਗ ਨੂੰ ਪ੍ਰਮੋਟ ਕੀਤਾ ਉਸਦੇ ਚੰਗੇ ਪੱਖ ਹੈ ਉਹਨਾਂ ਨੂੰ ਵੀ ਤੁਸੀਂ ਬਾਤ ਕਰੋ ਉਹਨਾਂ ਨੂੰ ਵੇਖੋ ਤੇ ਉਹਨਾਂ ਨੂੰ ਵੀ ਵਿਵਹਾਰੋ ਵੈਰੀ ਗੁੱਡ ਕਾਲੋ ਕੂਦੇ ਪੜਿਓ ਮੇਲਾ ਮੇਰੇ ਕੰਮ ਦੀ ਵੀਡੀਓ ਪਾਓ ਹਨਾ ਹੁਣ ਤੁਹਾਡੀ ਵੀਡੀਓ ਬਹੁਤ ਚੰਗੀ ਹੁੰਦੀ ਹੈ ਬਾਜੀ ਹਨਾ ਹਾਂਜੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜ਼ਰੂਰ ਹਾਂਜੀ ਅਨਮਨ ਨੇ ਬੰਦ ਕਰਿਆ ਸੱਚੇ ਬੰਦ ਕਰਿਆ ਦੋਸਤੋ ਇਹ ਉਹੀ ਜਗ੍ਹਾ ਹੈ ਜਿੱਥੇ ਜੱਟ ਮੂਸੇ ਵਾਲੇ ਦਾ ਕਤਲ ਕਰ ਦਿੱਤਾ ਸੀ ਸ਼ਾਮ ਦਾ 5:30 ਵਜੇ ਦਾ ਟਾਈਮ ਸੀ ਇਧਰੋਂ ਆਏ ਸੀ ਉਹ ਜੀ ਇਧਰ ਬਰਨਾਲੇ ਜਾਣਾ ਇੱਕ ਹੋਰ ਫੈਮਿਲੀ ਮਿਲੀ ਆ ਤੇ ਇੱਕ ਸਿਸਟਰ ਨੇ ਮੈਲਬਾਰਨ ਤੇ ਨੇ ਬਾਕੀ ਦੋਸਤੋ ਮੈਂ ਸੁਖਦੀਪ ਢਿੱਲੋਂ ਅਤੇ ਮੇਰੇ ਟਰੈਵਲਰ ਸੁਖਦੀਪ ਢਿੱਲੋਂ ਯੂਟਿਊਬ ਚੈਨਲ ਤੋਂ ਤੁਸੀਂ ਵੱਖੋ ਵੱਖਰੇ ਬਲੌਗ ਵੇਖਦੇ ਰਹਿੰਦੇ ਹੋ ਅਤੇ ਅੱਜ ਦਾ ਸਾਡਾ ਬਾਈਕ ਟ੍ਰਿਪ ਗੁਰੀ ਘਰਾਂਗਣਾ ਜੀ ਦੇ ਆਫਿਸ ਮਾਨਸਾ ਵਿਖੇ ਹੈ ਉੱਥੋਂ ਅਸੀਂ ਗੁਰੀ ਘਰਾਂਗਣਾ ਜੀ ਦੇ ਆਫਿਸ ਦੇ ਵਿੱਚੋਂ ਫੇਸਬੁੱਕ ਯੂਟਿਊਬ ਅਤੇ ਇੰਸਟਾਗ੍ਰਾਮ ਦੇ ਬਾਰੇ ਕੁਝ ਤਕਨੀਕੀ ਗੱਲਾਂ ਜਾਣਾਂਗੇ ਵੇਖਦੇ ਹਾਂ ਉੱਥੇ ਕਿੰਨਾ ਟਾਈਮ ਲੱਗਦਾ ਅਤੇ ਉਸ ਉਪਰੰਤ ਚੱਲਾਂਗੇ ਅਸੀਂ ਅੱਗੇ ਜੱਟ ਮੂਸੇ ਵਾਲੇ ਦੇ ਪਿੰਡ ਨੂੰ ਜੱਟ ਮੂਸੇ ਵਾਲਾ ਉਹ ਸ਼ਖਸੀਅਤ ਜਿਸ ਨੇ ਪੰਜਾਬ ਦੇ ਮੂਸਾ ਪਿੰਡ ਨੂੰ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਹਰ ਇੱਕ ਦੀ ਜ਼ਬਾਨ 'ਤੇ ਪਹੁੰਚਾਇਆ ਹੈ ਅਤੇ ਜੱਟ ਮੂਸੇ ਵਾਲਾ ਉਹ ਸ਼ਖਸੀਅਤ ਜਿਸ ਨੇ ਪੱਗ ਨੂੰ ਪ੍ਰਮੋਟ ਕੀਤਾ ਅਤੇ ਨਾਲ ਹੀ ਪੰਜਾਬੀ ਨੂੰ ਪ੍ਰਮੋਟ ਕੀਤਾ ਅਤੇ ਨਾਲ ਹੀ ਆਪਣੇ ਪਿੰਡ ਨੂੰ ਵੀ ਪ੍ਰਮੋਟ ਕੀਤਾ ਕਿਉਂਕਿ ਜੱਟ ਮੂਸੇ ਵਾਲਾ ਉਹ ਸ਼ਖਸੀਅਤ ਸੀ ਜਿਸ ਕੋਲ ਇੰਨੀ ਕੁ ਜਿਹੜੀ ਅਪਰੋਚ ਸੀ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿ ਸਕਦਾ ਸੀ ਪਰ ਉਸਨੇ ਆਪਣੇ ਪਿੰਡ ਦੇ ਵਿੱਚ ਹੀ ਹਵੇਲੀ ਪਾਈ ਅਤੇ ਉਹ ਹਵੇਲੀ ਦੇ ਵਿੱਚ ਹੀ ਆਪਣੇ ਮਾਂ ਪਿਓ ਦੇ ਨਾਲ ਰਿਹਾ ਅਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿ ਇੰਨਾ ਪੈਸਾ ਹੁੰਦੇ ਹੁੰਦੇ ਵੀ ਪਿੰਡ ਦੇ ਵਿੱਚ ਮਕਾਨ ਪਾਉਣਾ ਅਤੇ ਪਿੰਡ ਦੇ ਵਿੱਚ ਹੀ ਰਿਹਾਇਸ਼ ਰੱਖਣੀ ਠੀਕ ਹੈ ਬਹੁਤੇ ਲੋਕਾਂ ਦੀ ਉਹਦੇ ਗੀਤਾਂ ਦੇ ਕਰਕੇ ਉਹਦੇ ਨਾਲ ਮਤਭੇਦ ਹੋਣਗੇ ਪਰ ਚੰਗੇ ਮਾੜੇ ਪੱਖ ਹਰ ਇੱਕ ਇਨਸਾਨ ਦੇ ਵਿੱਚ ਹੁੰਦੇ ਹਨ ਤੁਸੀਂ ਜੇਕਰ ਅੱਜ ਦਾ ਜਿਹੜਾ ਸੱਭਿਆਚਾਰ ਹੈ ਅੱਜ ਦਾ ਜਿਹੜਾ ਦੁਨੀਆਦਾਰੀ ਦਾ ਜਿਹੜਾ ਚੱਲ ਰਿਹਾ ਹੈ ਰੀਤੀ ਰਿਵਾਜ਼ ਉਹਦੇ ਅਨੁਸਾਰ ਉਸ ਤੋਂ ਵੀ ਉੱਪਰ ਤੋਂ ਜਿਹੜੇ ਹੈਗੇ ਹੈਗੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਗੀਤ ਕਲਾਕਾਰ ਗਾ ਰਹੇ ਨੇ ਪਰ ਉਹ ਜੱਟ ਨੇ ਗੀਤਾਂ ਦੇ ਨਾਲ ਨਾਲ ਜਿਹੜੇ ਉਸਦੇ ਚੰਗੇ ਪੱਖ ਹੈ ਉਹਨਾਂ ਨੂੰ ਵੀ ਤੁਸੀਂ ਬਾਤ ਕਰੋ ਉਹਨਾਂ ਨੂੰ ਵੇਖੋ ਅਤੇ ਉਹਨਾਂ ਨੂੰ ਵੀ ਵਿਵਹਾਰੋ ਜੇਕਰ ਇੰਨੇ ਗੁਣ ਸੀ ਤਾਂ ਹੀ ਦੁਨੀਆ ਉਸਦੀ ਵਿਰੋਧੀ ਹੋ ਗਈ ਅਤੇ ਉਸ ਇੱਕ ਚੰਗੇ ਇਨਸਾਨ ਨੂੰ ਜੋ ਆਪਣੇ ਦਮ 'ਤੇ ਆਪਣੀ ਕਾਬਲੀਅਤ ਦੇ ਨਾਲ ਕਾਮਯਾਬ ਹੋਇਆ ਸੀ ਉਸ ਨੂੰ ਬਹੁਤ ਥੋੜ੍ਹੇ ਜਿਹੜੇ ਹੈਗੇ ਦੁਨੀਆ 'ਤੇ ਰਹਿਣ ਲਈ ਸਾਹ ਮਿਲੇ ਪਰ ਕਹਿੰਦੇ ਨੇ ਛੋਟੀ ਉਮਰੇ ਆਸ਼ਕ ਮਰਦੇ ਜਾ ਕੋਈ ਕਰਮਾਂ ਵਾਲਾ ਕਹਿੰਦੇ ਜਿਹੜੇ ਛੋਟੀ ਉਮਰੇ ਬਣਦੇ ਆ ਮਰਦੇ ਆ ਉਹ ਜਾਂ ਕੋਈ ਫੁੱਲ ਬਣੇ ਜਾਂ ਕੋਈ ਤਾਰਾ ਅਤੇ ਆਓ ਫਿਰ ਅੱਜ ਤੁਹਾਨੂੰ ਲੈ ਚੱਲਦੇ ਹਾਂ ਗੁਰੀ ਘਰਾਂਗਣਾ ਦੇ ਆਫਿਸ ਤੋਂ ਬਾਅਦ ਜੱਟ ਮੂਸੇ ਵਾਲੇ ਦੇ ਪਿੰਡ ਨੂੰ ਸਾਨੂੰ ਲੱਸੀ ਪਿਆਈ ਹੈ ਇਹ ਹੁੰਦਾ ਪਿਆਰ ਤਾਂ ਇਹਨਾਂ ਦੀ ਨਰਸਰੀ ਹੈ ਬਹੁਤ ਸ਼ਾਨਦਾਰ ਬਹੁਤ ਹੀ ਸਿਰਾ ਕੰਮ ਹੈ ਬਹੁਤ ਸ਼ਾਨਦਾਰ ਬੂਟੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਬੋਨ ਸਾਈਜ਼ ਅਲੱਗ ਅਲੱਗ ਟਾਈਪ ਦੇ
ਵੀ ਦੋਸਤੋ ਅਸੀਂ ਜਾ ਰਹੇ ਸੀ ਬਠਿੰਡਾ ਟੂ ਮਾਨਸਾ ਬਾਈਕ ਟ੍ਰਿਪ ਸੰਡੇ ਸੰਡੇ ਦਾ ਇੰਜੋਏ ਕਿਉਂਕਿ ਪੰਜ ਦਿਨ ਦਫ਼ਤਰ ਦੇ ਵਿੱਚ ਫਾਈਲਾਂ ਨਾਲ ਮੱਥਾ ਮਾਰੀ ਜਾਈਦਾ ਅਤੇ ਦੋ ਦਿਨ ਕਰੀਦਾ ਇੰਜੋਏ ਅਤੇ ਬਠਿੰਡਾ ਤੋਂ ਚੱਲੇ ਸੀ ਸਵੇਰੇ ਅਸੀਂ ਅਤੇ ਹੁਣ ਪਹੁੰਚੇ ਹਾਂ ਅਸੀਂ ਇੱਥੇ ਖਾਲਸਾ ਨਰਸਰੀ ਸੁੱਖਾ ਸਿੰਘ ਵਾਲਾ ਅਤੇ ਬਾਈ ਜਿਹੜੇ ਹੈਗੇ ਆਪਣੇ ਜਾਣ ਪਛਾਣ ਵਾਲੇ ਅਤੇ ਜਦੋਂ ਵੀ ਇੱਥੋਂ ਲੰਘਦੇ ਹਾਂ ਅਸੀਂ ਇਹਨਾਂ ਨੂੰ ਮਿਲ ਕੇ ਜਾਂਦੇ ਹਾਂ ਅਤੇ ਹਰ ਵਾਰੇ ਚਾਹ ਦੀ ਸੇਵਾ ਕਰਦੇ ਹਾਂ। ਇਸ ਵਾਰ ਫਿਰ ਇਹਨਾਂ ਨੇ ਚਾਹ ਜਿਹੜੀ ਹੈਗੀ ਸਾਨੂੰ ਪੂਰਾ ਮਾਨਤਾ ਨਾਲ ਚਾਹ ਪਿਆ ਰਹੇ ਨੇ। ਅਸੀਂ ਨਾ ਕੀਤੀ ਸੀ ਪਰ ਨਹੀਂ ਕਹਿੰਦੇ ਚਾਹ ਪੀਤੀ ਬਿਨਾਂ ਨਹੀਂ ਜਾਣਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਨਰਸਰੀ ਦੇ ਫੁੱਲ ਬੂਟੇ ਖਾਲਸਾ ਨਰਸਰੀ, ਉਹ ਸਾਹਮਣੇ ਦੇਖ ਸਕਦੇ ਕਿੰਨੀ ਸੋਹਣੀ ਡਿਜ਼ਾਇਨਿੰਗ ਕੀਤੀ ਹੋਈ ਹੈ। ਚਲੋ ਆਓ ਫਿਰ ਪੀਂਦੇ ਹਾਂ ਚਾਹ ਅਤੇ ਫਿਰ ਚਾਹ ਪੀ ਕੇ ਚੱਲਦੇ ਹਾਂ ਅੱਗੇ ਵਾਲੇ ਟੂਰ ਨੂੰ। ਦੋਸਤੋ ਅੱਜ ਆਏ ਸੀ ਅਸੀਂ ਗੁਰੂ ਘਰਾਂਗਣਾ ਜੀ ਦੇ ਆਫਿਸ ਮਾਨਸਾ। ਇਹ ਹੈਗਾ ਮੂਸਾ ਕੈਂਚੀਆਂ ਦੇ ਉੱਪਰ ਬਣਿਆ ਹੋਇਆ ਚੁਬਾਰੇ ਦੇ ਉੱਤੇ। ਕਾਫੀ ਸਮਾਂ ਪਹਿਲਾਂ ਮੈਂ ਦੇਖਿਆ ਸੀ ਵੀ ਗੁਰੂ ਘਰਾਂਗਣਾ ਜੀ ਨੇ ਉੱਥੇ ਆਪਣਾ ਆਫਿਸ ਖੋਲਿਆ ਅਤੇ ਉਸ ਆਫਿਸ ਦੇ ਵਿੱਚ ਅਸੀਂ ਵੀ ਟੈਕਨੀਕਲ ਗੱਲਾਂ ਜਿਹੜੀਆਂ ਸੀਗੀਆਂ ਯੂਟਿਊਬ ਅਤੇ ਫੇਸਬੁੱਕ ਬਾਰੇ ਪਤਾ ਕਰਨ ਵਾਸਤੇ ਆਈ ਸੀ। ਅਤੇ ਬਾਈ ਜੀ ਇੱਥੇ ਗੁਰਵਿੰਦਰ ਸਿੰਘ ਜੀ ਗੁਰੂ ਘਰਾਂਗਣਾ ਦੇ ਜਿਹੜੇ ਹੈਗੇ ਤਾਇਆ ਜੀ ਦੇ ਲੜਕੇ, ਚਾਚਾ ਜੀ ਦੇ ਬੇਟੇ। ਅਤੇ ਬਾਈ ਕਾਫੀ ਕੀਮਤੀ ਗੱਲਾਂ ਇਹਨਾਂ ਨੇ ਸਾਨੂੰ ਦੱਸੀਆਂ ਅਤੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਟਰਾਈ ਕਰਾਂਗੇ। ਅਤੇ ਇਹਦੇ ਲਈ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਜਿਹੜੀ ਸਾਡੀ ਇੱਛਾ ਸੀ ਵੀ ਅਸੀਂ ਚਲੋ ਜਾਂਦੇ ਜਾਂਦੇ 10-15-20 ਮਿੰਟ ਅਸੀਂ ਗੁਰੂ ਘਰਾਂਗਣਾ ਦੇ ਵਿੱਚ ਹਾਜ਼ਰ ਹੋਵਾਂਗੇ ਅਤੇ ਉਹਦੇ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ, ਥੈਂਕ ਯੂ। ਤੇ ਹੋਰ ਕੋਈ ਜਿਹੜਾ ਹੈਗਾ ਨਵੇਂ ਵਿਚਾਰੇ ਯੂਟਿਊਬਰ ਹੈਗੇ ਜਿਹੜੇ ਮੱਥਾ ਮਾਰਦੇ ਫਿਰਦੇ ਆ, ਮਿਹਨਤ ਕਰਦੇ ਮੰਨ ਲਓ, ਤੇ ਜਾਂ ਯੂਟਿਊਬ ਤੇ ਜਾਂ ਫੇਸਬੁੱਕ ਤੇ, ਉਹਨਾਂ ਲਈ ਕੋਈ ਸ਼ੋਰਟ ਕੋਈ ਸੰਦੇਸ਼ ਦੇਣਾ ਚਾਹੋਗੇ? ਉਹਨਾਂ ਲਈ ਬਸ ਇਹੀ ਹੈ ਜੀ ਵੀ ਕੰਮ ਦੀ ਵੀਡੀਓ ਪਾਓ, ਹੈ ਨਾ। ਇਹ ਨਹੀਂ ਹੈਗਾ ਵੀ ਆਪਾਂ ਘਰਦਿਆਂ ਨੂੰ ਅੱਗੇ ਕਰਕੇ ਹੈ ਨਾ ਦਿਖਾਵਾ ਕਰਕੇ ਆਪਾਂ ਫੇਰ ਫੋਲੋਅਰ ਗੇਨ ਕਰੀਏ। ਤੁਸੀਂ ਜੇ ਕੰਮ ਦੀ ਵੀਡੀਓ ਪਾਓਗੇ ਤਾਂ ਉਹ ਚੱਲੂਗੀ, ਠੀਕ ਹੈ। ਉਹ ਕਿਸੇ ਦੇ ਕੰਮ ਦੀ ਵੀਡੀਓ ਹੋਵੇ, ਇਹ ਨਹੀਂ ਹੈਗਾ ਵੀ ਤੁਸੀਂ ਹੈ ਨਾ ਐਵੇਂ ਬੇਕਾਰ ਵੀਡੀਓ ਪਾਈ ਜਾਓ। ਜਿਵੇਂ ਹੁਣ ਤੁਹਾਡੀ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਬਾਈ ਜੀ, ਹੈ ਨਾ, ਨਵੀਆਂ ਲੋਕੇਸ਼ਨਾਂ ਤੋਂ ਤੁਸੀਂ ਜਾਂਦੇ ਹੋ, ਠੀਕ ਹੈ। ਅੱਜ ਤੁਹਾਡਾ ਮੈਂ ਚੈਨਲ ਦੇਖਿਆ ਹੈਗਾ, ਬਹੁਤ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ। ਥੈਂਕ ਯੂ। ਹਾਂਜੀ ਹਾਂਜੀ। ਫਿਰ ਛੋਟੇ ਜਿਹੇ ਆਪਦੇ ਜਿਹੜੇ ਤੁਹਾਡੇ ਫੋਲੋਅਰ ਹੈਗੇ ਉਹਨਾਂ ਨੂੰ ਬੇਨਤੀ ਕਰਦੇ ਹੋ ਕਿ ਵੀ ਭਾਈ ਸਬਸਕ੍ਰਾਈਬ ਕਰੋ। ਹਾਂਜੀ, ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਜ਼ਰੂਰ। ਹਾਂਜੀ, ਅਣਮੁੰਨੇ ਬੰਦ ਨਹੀਂ ਕਹਿੰਦਾ, ਸੱਚੇ ਬੰਦ ਕਹਿੰਦਾ। ਨਹੀਂ, ਸਬਸਕ੍ਰਾਈਬ ਕਰ ਲਿਓ ਜ਼ਰੂਰ ਜੀ, ਫਿਰ ਉਹੀ ਗੱਲ। ਚਲੋ ਬਾਈ, ਮੰਨ ਲਿਓ ਯਾਰ ਬਾਈ ਦੀ ਗੱਲ। ਹਾਂਜੀ, ਥੈਂਕ ਯੂ ਭਰਾ ਤੁਹਾਡਾ, ਹੈ ਬਹੁਤ ਬਹੁਤ ਧੰਨਵਾਦ। ਓਕੇ। ਦੋਸਤੋ ਇਹ ਉਹੀ ਜਗ੍ਹਾ ਹੈ ਜਿੱਥੇ ਜੱਟ ਮੂਸੇ ਵਾਲੇ ਦਾ ਉਹਨਾਂ ਦੀ ਜਿਹੜੀ ਤਰੱਕੀ ਨਾ ਜਰ ਸਕਣ ਵਾਲੇ ਉਹਨਾਂ ਦੇ ਵਿਰੋਧੀਆਂ ਨੇ ਕਤਲ ਕਰ ਦਿੱਤਾ ਸੀ। ਅਤੇ ਜੱਟ ਉਹ ਮੂਸੇ ਵਾਲਾ ਉਹ ਜੱਟ ਸੀ ਜਿਹਨੇ ਆਪਣੇ ਦਮ 'ਤੇ ਜਿਹੜਾ ਹੈਗਾ ਉਹ ਕਾਮਯਾਬ ਹੋਇਆ ਸੀ। ਅਤੇ ਇਹ ਕਾਮਯਾਬੀ ਜਰਨੀ ਕਈ ਲੋਕਾਂ ਨੂੰ ਔਖੀ ਹੋ ਗਈ ਸੀ, ਅਤੇ ਪਰ ਉਹ ਉਸ ਚੀਜ਼ ਦਾ ਉਹ ਪੱਖ ਭੁੱਲ ਗਏ ਸੀਗੇ ਕਿ ਉਹਨੇ ਉਸ ਜੱਟ ਨੇ ਪੱਗ ਦੀ ਜਿਹੜੀ ਸਰਦਾਰੀ ਕਾਇਮ ਰੱਖੀ ਸੀ ਅਤੇ ਨਾਲ ਆਪਣੇ ਪਿੰਡ ਦਾ ਮੋਹ ਪਿਆਰ ਉਹ ਵੀ ਕਾਇਮ ਰੱਖਿਆ ਸੀ ਅਤੇ ਨਾਲ ਆਪਣੇ ਮਾਂ ਪਿਓ ਨਾਲ ਪਿਆਰ ਉਹ ਵੀ ਅੱਜ ਕੱਲ੍ਹ ਹਰ ਕੋਈ ਬੰਦਾ ਨਹੀਂ ਕਰਦਾ। ਇੰਨਾ ਪੈਸਾ ਇੰਨੀ ਜਿਹੜੀ ਹੈਗੀ ਉਹਦੇ ਕੋਲ ਅਪਰੋਚ ਹੁੰਦੇ ਹੋਏ ਵੀ ਉਹਨੇ ਪਿੰਡ ਦੇ ਵਿੱਚ ਆਪਣਾ ਜਿਹੜਾ ਰੈਨ ਬਸੇਰਾ ਰੱਖਿਆ ਹੋਇਆ ਸੀ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਪੰਜਾਬੀ ਨੂੰ ਪ੍ਰਮੋਟ ਕਰਨਾ, ਪੱਗ ਨੂੰ ਪ੍ਰਮੋਟ ਕਰਨਾ, ਪਿੰਡ ਨੂੰ ਪ੍ਰਮੋਟ ਕਰਨਾ ਇਹ ਅੱਜ ਕੱਲ੍ਹ ਦੇ ਗਾਇਕਾਂ ਦੇ ਬਸ ਦੀ ਗੱਲ ਨਹੀਂ। ਇਸੇ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਜਾਣ ਦੀਆਂ ਦੁਸ਼ਮਣ ਬਣ ਗਈਆਂ। ਅਤੇ ਅਸੀਂ ਅੱਜ ਆਏ ਸੀ ਇੱਥੇ ਪਿੰਡ ਜਵਾਹਰ ਕੇ ਜਿੱਥੇ ਮੂਸੇ ਵਾਲੇ ਜੱਟ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਅਤੇ ਇੱਥੇ ਇੱਕ ਬਾਈ ਜੀ, ਕੀ ਨਾਮ ਬਾਈ ਜੀ ਤੁਹਾਡਾ? ਗੁਰਜੀਤ ਸਿੰਘ ਜੀ। ਆਹ ਜਿਹੜੀ ਜਗ੍ਹਾ ਹੈਗੀ ਜਿੱਥੇ ਉਹਨਾਂ ਦਾ ਕਤਲ ਹੋਇਆ ਸੀ, ਇਹ ਜਗ੍ਹਾ ਇਹ ਇਹਨਾਂ ਨੇ ਦਾਨ ਕੀਤੀ ਹੋਈ ਹੈ। ਅਤੇ ਬਾਈ ਜੀ ਤੋਂ ਆਪਾਂ ਪੁੱਛਦੇ ਹਾਂ ਥੋੜ੍ਹਾ ਜਿਹਾ ਵੀ ਇਹ ਜਿਹੜੀ ਸਾਰੀ ਘਟਨਾ ਇਹ ਕਿਵੇਂ ਵਾਪਰੀ ਸੀ, ਕਿਉਂਕਿ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ, ਆਸੇ ਪਾਸੇ ਗੱਲਾਂ ਇੱਧਰੋਂ ਉੱਧਰੋਂ ਆਪਾਂ ਸੁਣਦੇ ਹਾਂ, ਇਹ ਤੁਸੀਂ ਥੋੜ੍ਹਾ ਜਿਹਾ ਦੱਸੋ ਸ਼ੋਰਟਕੱਟ ਵੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਸੀ।
ਇਹ ਸ਼ਾਮ ਦਾ 5:30 ਵਜੇ ਦਾ ਟਾਈਮ ਸੀ ਇਧਰੋਂ ਆਏ ਸੀ ਉਹ ਜੀ ਇਧਰ ਬਰਨਾਲੇ ਜਾਣਾ ਸੀ ਉਹਨੇ ਆਪਦੀ ਮਾਸੀ ਦੇ ਪਿੰਡ ਜੀ ਠੀਕ ਹੈ ਜੀ ਅਤੇ 5:30 ਦਾ ਟਾਈਮ ਸੀ ਆਹ ਜਗ੍ਹਾ 'ਤੇ ਉਹਨਾਂ ਨੇ ਗੱਡੀ ਦੇ ਟਾਇਰ ਬੰਨੇ ਹੈ ਉੱਥੇ ਜਾ ਕੇ ਗੱਡੀ ਰੁਕੀ ਸੀਗੀ ਠੀਕ ਹੈ ਅੰਨੇ ਵਾਹ ਫਾਇਰਿੰਗ ਕਰੀ ਹੈ 2 ਮਿੰਟਾਂ ਦਾ ਹੀ ਸਾਰਾ ਕੰਮ ਉਹਨਾਂ ਨੇ ਕਰਕੇ ਪਾਰ ਗਏ ਠੀਕ ਹੈ ਜੀ ਕਿੰਨੀਆਂ ਗੱਡੀਆਂ ਸੀ 2-3-4 ਦੋ ਗੱਡੀਆਂ ਸੀ ਠੀਕ ਹੈ ਇੱਥੇ ਹੀ ਫਿਰ ਡੈਥ ਹੋ ਗਈ ਸੀ ਮੌਕੇ 'ਤੇ ਮੌਕੇ 'ਤੇ ਜੀ ਬਿਲਕੁਲ ਬਹੁਤ ਬਾਲੇ ਵੱਜ ਗਏ ਸੀ ਉਹਦੇ ਵੇਖੋ ਮੂਸੇ ਵਾਲੇ ਜੱਟ ਨੂੰ ਕੌਣ ਨਹੀਂ ਜਾਣਦਾ ਜੀ ਜਿਹਨੇ ਆਪਣੀ ਅਸੀਂ ਹਰ ਐਤਵਾਰ ਇੱਥੇ ਮੈਂ ਚਾਹਦਾ ਇਹ ਪ੍ਰੋਗਰਾਮ ਲਾਉਣਾ ਓਕੇ ਹਰ ਐਤਵਾਰ ਹੁਣ ਗਰਮੀ ਹੋ ਚੱਲੀ ਪਾਣੀ ਪੂਣੀ ਦਾ ਵੀ ਪ੍ਰਬੰਧ ਕਰਾਂਗੇ ਬੈਠਣ ਦਾ ਵੀ ਕਰਾਂਗੇ ਇੱਥੇ ਠੀਕ ਹੈ ਬਾਈ ਜਿਹੜਾ ਸਟੇਚੂ ਲਾਉਣਾ ਉਹ ਉਹਦਾ ਮਾਂ ਪਿਓ ਲਵਾ ਰਿਹਾ ਹੈ ਅੱਛਾ ਅੱਛਾ ਇੱਥੇ ਲੱਗ ਰਿਹਾ ਠੀਕ ਲੱਗ ਰਿਹਾ ਜੀ ਇਹ ਸਾਰੀ ਜਗ੍ਹਾ ਕਿੰਨੀ ਜਗ੍ਹਾ ਜੀ ਇਹ 250 ਜਗ੍ਹਾ ਕੀਮਤ 5-6 ਲੱਖ ਰੁਪਏ ਠੀਕ ਹੈ ਹਾਂ ਰੋਡ ਤੇ ਜਗ੍ਹਾ ਜੀ ਜਗ੍ਹਾ ਬਿਲਕੁਲ ਚਲੋ ਇਹ ਤੁਹਾਨੂੰ ਵੀ ਸਲਾਮ ਹੈ ਜੀ ਇਹਦੇ ਲਈ ਵੀ ਤੁਸੀਂ ਕਿਸੇ ਦੀ ਕਦਰ ਪਾਈ ਹੈ ਅਤੇ ਪਰਮਾਤਮਾ ਕਰੇ ਵੀ ਤੁਹਾਨੂੰ ਵੀ ਰੱਬ ਦੁੱਗਣੀ ਤਰੱਕੀ ਬਖਸ਼ੇ ਅਤੇ ਅੱਗੇ ਵੀ ਤੁਸੀਂ ਕਾਮਯਾਬ ਹੋਵੋ ਇਹ ਸਾਰਾ ਤੁਸੀਂ ਦੇਖ ਰਹੇ ਹੋ ਇਹ ਸਾਰੇ ਲੋਕ ਇਹ ਉਹ ਜਗ੍ਹਾ ਵੇਖਣ ਲਈ ਉਹਨੂੰ ਨਤਮਸਤਕ ਕਰਨ ਲਈ ਆਏ ਆ ਹੁਣ ਇੱਥੋਂ ਅਸੀਂ ਅੱਗੇ ਚੱਲਾਂਗੇ ਮੂਸੇਵਾਲ ਦੇ ਪਿੰਡ ਨੂੰ ਤੁਸੀਂ ਵੇਖ ਰਹੇ ਹੋ ਮੂਸੇਵਾਲੇ ਦੀ ਸਮਾਧ 'ਤੇ ਲੱਗਿਆ ਮੇਲਾ ਅੱਜ ਦਾ ਸਾਡਾ ਜਿਹੜਾ ਬਾਈਕ ਟ੍ਰਿਪ ਸੀਗਾ ਉਹ ਸੀ ਬਠਿੰਡਾ ਟੂ ਮੂਸੇਵਾਲਾ ਅਤੇ ਆਹ ਮੂਸੇਵਾਲ ਦੀ ਸਮਾਧ ਸਾਹਮਣੇ ਤੁਸੀਂ ਦੇਖ ਰਹੇ ਹੋ ਅਤੇ ਇੱਥੇ ਬਹੁਤ ਜ਼ਿਆਦਾ ਰਸ਼ ਹੈ ਮੇਲਾ ਲੱਗਿਆ ਹੋਇਆ ਹਰ ਸੰਡੇ ਹਰ ਆਮ ਜਨਤਾ ਨੂੰ ਜਿਹੜਾ ਅਲਾਓ ਹੈ ਇੱਥੇ ਅਤੇ ਬਹੁਤ ਦੂਰੋਂ ਦੂਰੋਂ ਇੱਥੇ ਲੋਕ ਪਹੁੰਚਦੇ ਹੈ ਅਤੇ ਆਹ ਤਾਜ਼ਾ ਉਦਾਹਰਨ ਦੇਖ ਲਓ ਤੁਸੀਂ ਇਹ ਬਾਈ ਜੀ ਬਾੜਮੇਰ ਜੈਸਲਮੇਰ ਉੱਥੋਂ ਆਏ ਹੋਏ ਨੇ ਅਤੇ ਮੈਂ ਇਹਨਾਂ ਨੂੰ ਪੁੱਛਿਆ ਜਦੋਂ ਵੀ ਤੁਸੀਂ ਇੱਥੇ ਕਿਵੇਂ ਆਏ ਹੋ ਅੱਜ ਮਤਲਬ ਇੰਨੀ ਦੂਰ ਕਿ ਕਈ ਵਾਰੀ ਪੂਰੇ ਨੇੜੇ ਰਸ਼ ਹੁੰਦੀ ਹੈ ਕਿ ਨਹੀਂ ਅਸੀਂ ਸਪੈਸ਼ਲ ਮੂਸੇਵਾਲੇ ਨੂੰ ਦੇਖਣ ਵਾਸਤੇ ਆਏ ਹਾਂ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਸਨੀ ਸਨੀ ਹਾਂਜੀ ਸਨੀ ਜੀ ਕਿੱਥੋਂ ਰਹਿਣ ਵਾਲੇ ਹੋ ਮੈਂ ਜੀ ਮੋੜ ਮੰਡੀ ਤੋਂ ਹੈਗਾ ਇਹ ਸਪੈਸ਼ਲ ਬਾੜਮੇਰ ਤੋਂ ਆਇਆ ਮੇਰੀ ਬੂਆ ਲੱਗਦੇ ਨੇ ਓਕੇ ਸਪੈਸ਼ਲੀ ਇੱਧਰ ਮੂਸੇਵਾਲੇ ਨੂੰ ਦੇਖਣ ਆਏ ਨੇ ਮੈਂ ਤਾਂ ਪਹਿਲੇ ਬਹੁਤ ਵਾਰੀ ਆ ਗਿਆ ਅੱਛਾ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਗੋਰਾ ਹੈ ਜੀ ਗੋਰਾ ਜੀ ਗੋਰਾ ਕਹਿੰਦੇ ਤੁਸੀਂ ਮੂਸੇਵਾਲ ਦੇ ਫੈਨ ਹੋ ਬਿਲਕੁਲ ਬਿਲਕੁਲ ਸਾਰੀ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਜੇ ਕਿਸੇ ਗਾਇਕ ਦਾ ਨਾਂ ਪਹੁੰਚਿਆ ਤਾਂ ਉਹ ਹੈ ਸਿੱਧੂ ਮੂਸੇਵਾਲਾ ਇਹ ਤੁਸੀਂ ਪੂਰੇ ਸਮਝ ਆਉਂਦੀ ਤੁਹਾਨੂੰ ਪ੍ਰੋਪਰ ਪੂਰੀ ਪੰਜਾਬੀ ਵੀ ਆਉਂਦੇ ਰਾਜਸਥਾਨੀ ਵੀ ਸੁਣਦੇ ਆ ਅੱਛਾ ਰਾਜਸਥਾਨੀ ਗਾਣੇ ਵੀ ਸੁਣਦੇ ਹੋ ਹਾਂ ਜੀ ਰਾਜਸਥਾਨੀ ਗਾਣਾ ਕੋਈ ਗੁੰਗਣਾ ਕੇ ਦਿਖਾਓ ਸੁਣਾ ਦੋ ਗਾਣਾ ਸਾਡੇ ਦਾ ਤੁਹਾਡਾ ਰਾਜਸਥਾਨ ਵਾਲਾ ਸਾਡਾ ਕੋਈ ਵੀ ਦਿਖਾ ਦਿਓ ਪਿੰਡੂ ਆਇਓ ਰੇ ਮਾਰੋ ਰਾਜਸਥਾਨ ਰੰਗੀਲੋ ਮਾਰੋ ਰਾਜਸਥਾਨ ਕੇ ਕਾਲੋ ਕੂਦ ਪੜਿਓ ਮੇਲਾ ਮੇਰੇ ਕਾਲੋ ਕੂਦ ਪੜਿਓ ਮੇਲਾ ਮੇਲਾਯੋ ਕਾਲੀ ਲੱਕੜੀ ਵੈਰੀ ਗੁੱਡ ਤੇ ਮੂਸੇਵਾਲ ਦਾ ਕੋਈ ਸੌਂਗ ਕੋਈ ਵੀ ਗਾਣਾ ਯਾਦ ਹੋਵੇ ਇੱਕ ਦੋ ਚਾਰ ਬੋਲ ਬਹੁਤ ਨਾਂ ਕਮਾਇਆ ਸੀ ਉਹਨੇ ਪਰ ਨਹੀਂ ਰਾਸ ਆਇਆ ਲੋਕਾਂ ਨੂੰ ਆਪਣੇ ਮਿਹਨਤ ਤੇ ਆਪਣੇ ਦਮ ਤੇ ਉਹਨੇ ਕਾਮਯਾਬੀ ਹਾਸਲ ਕੀਤੀ ਸੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਏ ਵੈਲਕਮ ਆ ਤੁਹਾਡਾ ਇੱਥੇ ਸਵਾਗਤ ਹੈ ਥੈਂਕ ਯੂ ਤੁਹਾਡਾ ਹੋਰ ਕੋਈ ਕੁਛ ਕਹਿਣਾ ਚਾਹੋ
जी मूसे वाले फैन है, बहुत दिल दुखी हो सुन के असी बहुत असी अफसोस करते हैं इस गल। चलो जो परमात्मा ने जिन्ने के श्वास लिखे होंगे कोई ना कोई बहाना बन जाता है जी। हाँ बाड़मेर तक ही राजस्थान तक भी इन्हों का गाना भी फुल चलता है, इन्हों चिट्टी शर्टा के उत्ते फोटो लाइया सारे जवाक जिले में, जो बागड़ी राजस्थान से जो बोली नहीं समझते वो भी इन्हों का नाम सुन के खुद दे गए डीजे से, जो गाँव गुणा चलता है फिर भी इन्हों के डीजे से गाने चलते इन्हों चलते साढ़े ब्याह शादियाँ जिसे समझ आए या ना आए फिर कुदना मस्ती मारनी इन्हों का गीत सुन के गाने तक ना पता लगे ये चीज़ पता होने मूसेवाला ना दो ना चलता ना वेरी गुड यार थैंक यू ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਹੋ ਥੈਂਕ ਯੂ ਤੁਹਾਡਾ। ਲਓ ਵੀ ਦੋਸਤੋ ਵੀਰ ਜੀ ਇੱਕ ਆਪਣੇ ਰਾਜਸਥਾਨ ਤੋਂ ਇੱਕ ਹੋਰ ਫੈਮਿਲੀ ਮਿਲੀ ਹੈ ਅਤੇ ਇੱਕ ਸਿਸਟਰ ਨੇ ਮੈਲਬੋਰਨ 'ਤੇ ਨੇ, ਬਾਕੀ ਪਰਿਵਾਰ ਸਾਰਾ ਜਿਹੜਾ ਹੈਗਾ ਉਹਨਾਂ ਦੇ ਨਾਲ ਫੈਮਿਲੀ ਹੈ ਅਤੇ ਇਹ ਵੀ ਸਿੱਧੂ ਮੂਸੇਵਾਲ ਦੇ ਫੈਨ ਹੈ ਜਿਹੜੇ ਦੂਰੋਂ ਚੱਲ ਕੇ ਸਪੈਸ਼ਲ ਇੱਥੇ ਉਹਨਾਂ ਦੀ ਸਮਾਧ 'ਤੇ ਪਹੁੰਚੇ ਹੈ ਅਤੇ ਬਹੁਤ ਵਧੀਆ ਲੱਗਦੀ ਹੈ। ਬਾਕੀ ਜੱਟ ਨੇ ਬਹੁਤ ਨਾ ਕਮਾਇਆ ਸੀਗਾ ਪਰ ਉਹ ਆਪਣੇ ਦਮ 'ਤੇ ਕਾਮਯਾਬ ਹੋਇਆ ਸੀ, ਉਹਨੇ ਪੰਜਾਬੀ ਨੂੰ ਪ੍ਰਮੋਟ ਕੀਤਾ, ਪੱਗ ਨੂੰ ਪ੍ਰਮੋਟ ਕੀਤਾ, ਬਹੁਤ ਵਧੀਆ ਲੱਗਿਆ। ਭਾਵੇਂ ਤਾਂ ਕੋਈ ਪਾਰਟੀ ਹੈ ਭਾਵੇਂ ਤਾਂ ਕੋਈ ਗੱਲ ਹੈ, ਮੇਰਾ ਇਸ ਗੱਲ ਦਾ ਕੋਈ ਲੈਣਾ ਨਹੀਂ। ਮੈਂ ਚਾਹੁੰਦਾ ਇਨਸਾਫ ਦੀ ਗੱਲ ਕਰਦੇ ਹੋ, ਤੁਸੀਂ ਖੇਤੀ ਬੰਦੇ ਫੜ ਕੇ ਅੰਦਰ ਦੇਖੇ ਪਰ ਕੇਵਲ ਉਹ ਨੇ ਜਿਨ੍ਹਾਂ ਨੇ ਮੇਰੇ ਪੁੱਤ 'ਤੇ ਗੋਲੀ ਚਲਾਈ, ਜਿਨ੍ਹਾਂ ਨੇ ਖਾਰ ਦਿੱਤੀ, ਜਿਨ੍ਹਾਂ ਨੇ ਵੈਪਨ ਲਏ, ਜਿਨ੍ਹਾਂ ਨੇ ਇੱਕ ਪਿਛਾਏ ਉਹੀ ਬੰਦੇ ਟੀਮ ਵਰਕ ਕਰਦੇ ਪਰ ਜਿਨ੍ਹਾਂ ਨੇ 2-3 ਕਰੋੜ ਰੁਪਈਏ ਦਾ ਇੰਤਜ਼ਾਮ ਕੀਤਾ ਕਿਹੜੇ ਖਾਤੇ 'ਚ ਪੈਸਾ ਕਿੱਧਰ ਗਿਆ ਕੀ ਉਹ ਨਕਦ ਕੈਸ਼ ਲੈ ਕੇ ਘੁੰਮਦੇ ਸੀ ਬੈਂਕਾਂ 'ਚੋਂ, ਇੱਕ ਕੈਦੀ ਬੰਦਾ ATM ਲੈ ਕੇ ਕਿਸ ਤਰ੍ਹਾਂ ਕਿਸੇ ਨੂੰ ਖਰੀਦ ਸਕਦਾ ਹੈ, ਕਿੱਦਾਂ ਵੈਪਨ ਖਰੀਦ ਸਕਦਾ ਹੈ। ਤਿਹਾੜ ਵਰਗੀ ਜੇਲ੍ਹ ਦੇ ਵਿੱਚੋਂ ਸਿੱਧੂ ਨੂੰ ਮਾਰਨ ਤੋਂ ਬਾਅਦ ਕਾਲ ਜਾਂਦੀ ਹੈ, ਬਾਈ ਮੁਬਾਰਕਾਂ ਪਹਿਲਾਂ ਪੁੱਛਦੇ ਗੱਲ ਹੋ ਸਕਦੀ ਹੈ, ਤੁਸੀਂ ਸਾਰਿਆਂ ਨੇ ਬਕੂਲਾ ਅੱਜ ਤੱਕ ਦੀ ਚੱਲੀ ਹੈ ਸਭ ਸੁਣੀ ਹੋਣੀ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹ ਕਹਿੰਦਾ ਹਾਂਜੀ ਹੋ ਸਕਦੀ ਹੈ, ਇਹਦਾ ਮਤਲਬ ਇਹ ਤੂੰ ਮੁਲਾਜ਼ਮ ਗੱਲ ਕਰਵਾ ਰਿਹਾ ਲੋਰੈਂਸ ਦੇ ਨਾਲ, ਫਿਰ ਮੈਨੂੰ ਧਮਕੀ ਆਉਂਦੀ ਨੇ ਤੁਸੀਂ ਲੋਰੈਂਸ ਦੇ ਕਿਸੇ ਨਾਮ ਲਓ ਗੈਂਗਸਟਰ ਨੂੰ ਸਰਕਾਰਾਂ ਨੂੰ ਨੰਬਰ ਮਾਰਿਆ ਤਾਂ ਮੇਰਾ ਗੈਂਗਸਟਰਾਂ ਨੇ ਨਾਮ ਉਹਨਾਂ ਦਾ ਮੈਂ ਲਵਾਂ ਨਾ ਭਾਈ, ਤੁਹਾਨੂੰ ਜਿਹੜਾ ਕੁਛ ਹੁੰਦਾ ਤੁਸੀਂ ਕਰ ਲਓ, ਜਿਹੜਾ ਕੁਛ ਦੇਖ ਹੁੰਦਾ ਮੈਂ ਕਰ, ਆਪਾਂ ਨਾ ਕਦੇ ਕਿਸੇ ਦੀ ਬਹੁਤੀ ਰਾਇ ਮੰਨੀ ਹੈ ਨਾ ਮੰਨੀ ਹੈ, ਇਕੱਲੇ ਇਕੱਲੇ ਧੱਕੀ ਤੱਕ ਇਕੱਲੇ ਚੱਲੇ ਮੇਰੇ ਨਾਲ ਖੜੇ ਹੋ ਤੁਸੀਂ, ਸਿੱਧੀ ਗੱਲ ਹੈ ਮੈਨੂੰ ਲੋਕਾਂ 'ਤੇ ਭਰੋਸਾ ਹੈ, ਲੋਕ ਬਹੁਤ ਪਿਆਰ ਕਰਦੇ ਹੈ, ਬਹੁਤ ਇੱਜ਼ਤ ਦਿੰਦੇ ਹੈ, ਤੁਹਾਡਾ ਕਰਕੇ ਮੇਰੀ ਕਿਸਮਤ ਆਈ, ਨਹੀਂ ਤਾਂ ਮੈਂ ਵੀ ਭੋਗ ਪਾ ਕੇ ਮੈਂ ਵੀ ਚਾਰ ਦਿਨ ਬਿਲਕੁਲ ਘਰੇ ਬਹਿ ਜਾਣਾ ਸੀ। ਤੁਸੀਂ ਮੈਨੂੰ ਆ ਕੇ ਐਨਰਜੀ ਦਿੰਦੇ ਹੋ, ਹੌਸਲਾ ਦਿੰਦੇ ਹੋ, ਅੱਗੇ ਵਧਣ ਵਾਸਤੇ ਪ੍ਰੇਰਨਾ ਦਿੰਦੇ, ਮੇਰੇ ਬੱਚੇ ਮੇਰੀਆਂ ਬੱਚੀਆਂ ਧੀਆਂ ਕਹਿੰਦੀਆਂ ਨੇ ਅੰਕਲ ਤੁਹਾਡੇ ਤੋਂ ਸਾਨੂੰ ਸਿੱਧੂ ਦਿਖਾਈ ਦਿੰਦਾ, ਤੁਸੀਂ ਹਿੰਮਤ ਕਰੋ, ਇਹ ਗੱਲ ਮੈਨੂੰ ਕਾਫੀ ਅਪਰੀਸ਼ੀਏਟ ਕਰਦੀ। ਸੋ ਤੁਹਾਡੇ ਨਾਲ ਵਾਅਦਾ ਹੈ, ਕੋਈ ਆਪਾਂ ਸਿੱਧੂ ਨੇ ਜੋ ਇੱਜ਼ਤ ਦਾ ਮਾਰਗ ਬਣਾਇਆ ਉਹਨੂੰ ਕਦੇ ਵੀ ਦਾਨ ਨਹੀਂ ਲੱਗਣ ਦੇਊਂਗਾ, ਪਰਮਾਤਮਾ ਵੀ ਅਰਦਾਸ ਕਰਦਾ ਪਰਮਾਤਮਾ ਕਦੇ ਮੇਰੇ ਤੋਂ ਇਹੋ ਜਿਹਾ ਕੰਮ ਨਾ ਕਰਵਾਈ ਕਿ ਮੇਰੇ ਬੱਚੇ ਦੀ ਕਮਾਈ ਹੋਈ ਇੱਜ਼ਤ ਘਟੇ ਕਿਸੇ ਤੋਂ, ਜੇ ਮੈਨੂੰ ਬਰਕਰਾਰ ਵੀ ਰੱਖ ਜਾਊਂਗੀ ਇਹ ਵੀ ਮੇਰੇ ਲਈ ਭਰਿਆ ਹੋਊਗਾ। ਤੁਸੀਂ ਸਾਰਿਆਂ ਨੇ ਹੱਦ ਤੋਂ ਵੱਧ ਜਾ ਕੇ ਮੇਰਾ ਸਾਥ ਦਿੱਤਾ, ਤੋ ਜੀ ਕਰਦਾ ਤੁਹਾਡੇ ਸਾਰਿਆਂ ਦੇ ਕਰਮ ਚੁੰਮਾ ਥੋੜ੍ਹਾ ਕਰ, ਮੈਂ ਸਾਰੀ ਜ਼ਿੰਦਗੀ ਦੀ ਅਦਾ ਕਰ ਸਕਦਾ, ਉਹਨਾਂ ਨੇ ਤਾਂ ਜਿਹੜੀ ਕਰਤੀ ਸੀ ਕਰਤੀ ਸੀ, ਪਰ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਮੈਨੂੰ ਬਹੁਤ ਹੌਸਲਾ ਦਿੱਤਾ ਇਸ ਗੱਲ ਤੋਂ, ਪਰਮਾਤਮਾ ਤੁਹਾਡੇ ਪਰਿਵਾਰਾਂ 'ਤੇ ਤੁਹਾਡੇ ਬੱਚਿਆਂ 'ਤੇ ਜਿਹੜਾ ਬਣਾ ਕੇ ਰੱਖੇ ਰਹਿਮ ਤਾਂ ਬਖਸ਼ਿਸ਼ ਕਰੇ ਵਾਹਿਗੁਰੂ, ਇੰਨਾ ਮੁਸ਼ਕਿਲ ਦਾ ਹੋਇਆ ਤੁਹਾਡੇ ਕਿਸੇ ਮਾਰਾ ਜਾਂਚ ਕਰਨ ਦਾ ਸਾਧਨ ਸੱਟ ਗਏਗਾ ਹੁਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।